ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗਿਆ ਆਪਣਾ ਅੱਜ ਦਾ ਵਲੌਗ। ਸੋ ਜੀ ਟਾਈਮ ਜਿਹੜਾ ਹੋ ਚੁੱਕਿਆ 6 ਵੱਜ ਗਿਆ ਅਤੇ ਆਸੇ ਪਾਸੇ ਸੁਣੋ ਗੁਰਦੁਆਰਾ ਸਾਹਿਬ 'ਚੋਂ ਆਵਾਜ਼ਾਂ ਕਿੱਦਾਂ ਆ ਰਹੀਆਂ ਨੇ। ਤਿੰਨ ਗੁਰਦੁਆਰਿਆਂ ਦਾ ਜਿਹੜਾ ਹੈਗਾ ਮੇਲ ਹੋ ਰਿਹਾ ਹੈਗਾ ਇਸ ਟਾਈਮ। ਸੋ ਕਿਉਂਕਿ 6 ਵੱਜੇ ਅਜੇ ਦਿਨ ਚੜ੍ਹਿਆ ਨਹੀਂ ਗਾ, ਬਿਲਕੁਲ ਐਨ ਚੁੱਪੀ ਹੈਗੀ। ਅਤੇ ਅੱਜ ਹੈਗਾ ਜੀ ਫੁੱਲ ਮੂਨ। ਆਪਣੇ ਵਾਲੇ ਤਾਂ ਜੂਮ ਜ਼ਿਆਦਾ ਦੇਖ ਲਈਏ ਯਾਰ, ਕਿੰਨਾ ਹੈਗਾ, ਠੀਕ ਆ ਯਾਰ, ਵਾਹਵਾ ਹੈਗਾ ਜੂਮ। ਅਤੇ ਆਪਾਂ ਵੈਸੇ ਤਾਂ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਣਾ ਵੀ ਅੱਜ ਆਪਾਂ ਇੰਨੀ ਸੰਧਿਆ ਕਾਹਦੇ ਵਾਸਤੇ ਉੱਠੇ ਫਿਰਦੇ ਹਾਂਗੇ, ਕਿਉਂਕਿ ਬਈ ਅੱਜ ਹੈਗਾ ਗਾ ਨਾਲੇ ਤਾਂ ਦਵਿੰਦਰ ਨੂੰ ਲੈ ਕੇ ਆਉਣਾ ਗਾ। 4 ਤਰੀਕ ਨੂੰ ਗਈ ਸੀ, 24 ਤਰੀਕ ਹੋ ਗਈ, 20-22 ਦਿਨ ਹੋ ਗਏ ਮੇਰੇ ਹਿਸਾਬ ਨਾਲ ਅੱਜ ਗਈ ਨੂੰ ਦਵਿੰਦਰ ਨੂੰ। ਅਤੇ ਨਾਲੇ ਤਾਂ ਅੱਜ ਦਵਿੰਦਰ ਨੂੰ ਲੈ ਕੇ ਆਉਣਾ ਗਾ, ਮਤਲਬ ਅੱਜ ਨਹੀਂ ਆਉਂਦੇ, ਆਵਾਂਗੇ ਆਪਾਂ ਕੱਲ੍ਹ ਨੂੰ। ਅਤੇ ਨਾਲੇ ਜਿਹੜਾ ਆਪਣੇ ਕਾਕਾ ਆਇਆ ਗਾ ਨਾ ਪਰਿਵਾਰ ਦੇ ਵਿੱਚ, ਸੋ ਉਹਦੀ ਮਾਤਾ ਲਈ ਪੰਜੀਰੀ ਲੈ ਕੇ ਜਾਣੀ ਹੈਗੀ। ਸੋ ਤਾਂ ਕਰਕੇ ਸਵੇਰੇ ਆਪਾਂ ਟਾਈਮ ਨਾਲ ਉੱਠੇ ਹਾਂ, ਟਾਈਮ ਨਾਲ ਕੰਮ ਕਾਰ ਨਿਬੇੜਾਂਗੇ ਅਤੇ ਟਾਈਮ ਦੇ ਨਾਲ ਹੀ ਆ ਜਿਹੜਾ ਚੱਲਾਂਗੇ, ਠੀਕ ਆ ਬਈ। ਅਤੇ ਕੱਲ੍ਹ ਨੂੰ ਆਪਾਂ ਜਿਹੜਾ ਵਾਪਸ ਆਵਾਂਗੇ, ਹੁਣ ਪਤਾ ਨਹੀਂ ਉਹ ਕੀ ਹੁੰਦਾ ਗਾ, ਗੋਦ ਭਰਾਈ ਹੁੰਦੀ ਆ ਜੀ ਜਾਂ ਜਿਹੜਾ ਵਿਦਾ ਕਰਨਾ ਕਹਿੰਦੇ ਹੁੰਦੇ, ਆਈ ਡੋਂਟ ਨੋ। ਸੋ ਜੇਕਰ ਕਿਸੇ ਨੂੰ ਪਤਾ ਹੋਇਆ ਦੱਸਿਓ ਹੈ ਨਾ। ਸੋ ਇੱਕ ਕੱਲ੍ਹ ਨੂੰ ਦਵਿੰਦਰ ਨੂੰ ਉੱਧਰੋਂ ਵਿਦਾ ਕਰਨਾ ਗਾ 7ਵੇਂ ਮਹੀਨੇ 'ਚ, ਕਿਉਂਕਿ ਫਿਰ 8ਵੇਂ ਮਹੀਨੇ 'ਚ ਕਹਿੰਦੇ ਕਰਦੇ ਨਹੀਂ ਹੁੰਦੇ ਗੇ। ਸੋ ਇਹ ਬੁੜੀਆਂ ਦੀਆਂ ਗੱਲਾਂ ਬਾਤਾਂ ਗਾ, ਬੰਦਿਆਂ ਦੇ ਇਸ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਗਾ। ਆਪਾਂ ਆਪਦਾ ਹੁਣ ਸੈਰ ਕਰੀਏ, ਪਸ਼ੂਆਂ ਦਾ ਗੋਹਾ ਸਿੱਟਿਆ, ਪੱਠੇ ਪਾਇਆ, ਮੰਮੀ ਵਰਗੇ ਧਾਰਾਂ 'ਚੋਂ ਲੈਣਗੇ, ਜਦੋਂ ਮੰਮੀ ਵਰਗੇ ਧਾਰਾਂ 'ਚੋਂ ਲੈਣਗੇ ਉਦੋਂ ਮੈਂ ਜਾਵੜੂੰਗਾ ਸੈਰ ਕਰਕੇ, ਅਤੇ ਮੈਂ ਪੱਥੇ ਦੱਥੇ ਰਲਾ ਕੇ ਜਿਹੜਾ ਕੰਮ ਜਿਹੜਾ ਟਿੱਚ ਕਰ ਦੂੰਗਾ, ਕਿਉਂਕਿ ਜਿਹੜਾ ਮੁੜ ਕੇ ਡੈਡੀ ਨੂੰ ਔਖਾ ਹੋਣਾ ਬਾਬੇ ਜ਼ਿਆਦੇ। ਸੋ ਪੱਠੇ ਰਹਿ ਜਾਣਗੇ ਕੱਲ੍ਹ ਵਾਸਤੇ, ਉਹ ਡੈਡੀ ਨੇ ਅੱਜ ਵੱਢ ਲੈਣੇ ਹੈਗੇ, ਠੀਕ ਆ ਬਈ। ਬਾਕੀ ਇੱਕ ਜਿਹੜਾ ਚੰਗਾ ਕਬੀਲਦਾਰ ਬੰਦਾ ਹੁੰਦਾ ਜਾਂ ਲਾ ਲਓ ਸਮਝਦਾਰ ਬੰਦਾ ਹੁੰਦਾ, ਉਹ ਪਿੱਛੋਂ ਆਪਦੇ ਪਰਿਵਾਰ ਦਾ ਨਾ ਕੰਮ ਦੇਖ ਕਰਕੇ ਜਾਂਦਾ ਵੀ ਹਾਂ ਵੀ ਕੋਈ ਔਖੇ ਨਾ ਆਉਣ। ਹੁਣ ਆਪਾਂ ਇਸ ਵੇਲੇ ਭਾਵੇਂ ਟਾਈਮ ਨਾਲ ਘੰਟਾ ਉੱਠ ਖੜੇ ਹੈਗੇ, ਪਰ ਹਾਂ ਹੁਣ ਡੈਡੀ ਨੂੰ ਨਹੀਂ ਔਖ ਹੋਊਗੀ, ਕਿਉਂਕਿ ਪਸ਼ੂ ਪਸ਼ੂ ਬੰਨ੍ਹ ਕੇ ਸਾਰੇ ਮੈਟ ਮੂਟ ਧੋ ਕੇ ਜਗ੍ਹਾ ਧੋ ਕੇ ਪੱਠੇ ਹੱਥੇ ਰਲਾ ਕੇ ਫਿਰ ਆਪਾਂ ਚੱਲਾਂਗੇ। ਅਤੇ ਰਾਖੇ ਸਾਹਿਬ ਵੀ ਕਹਿੰਦੇ ਉੱਠ ਖੜੇ, ਅਤੇ ਆਪਾਂ ਚੱਲੀਏ ਹੁਣ ਸੈਰ ਕਰਿਆ ਅੱਗੇ ਫਿਰ ਦਵਾ ਦਾ। ਬਾਕੀ ਵੀ ਕੰਮਾਂ ਕਾਰਾਂ ਵਾਲੇ ਤਾਂ ਸਾਰੇ ਨਾ ਉੱਠ ਹੀ ਪੈਂਦੇ ਹੈਗੇ। ਉਹ ਦੇਖੋ ਤੁਸੀਂ ਬੰਦਾ ਲੱਗਿਆ ਪਿਆ ਨਾ ਟਾਈਮ ਨਾਲ ਹੀ ਝਾੜੂ ਮਾਰਨ, ਉਹਨੂੰ ਪਤਾ ਮੈਂ ਆਪਦਾ ਕੰਮ ਕਰਨਾ। ਚੱਲ ਬਈ ਉਹ ਤੜਕੇ ਤੜਕੇ ਨਾ ਇੱਕ ਵਾਰੀ ਫੇਰ ਮੰਡੀ ਦਾ ਗੇੜਾ ਲੱਗ ਗਿਆ। ਮੰਡੀ ਦਾ ਗੇੜਾ ਕਿਉਂ ਲੱਗਿਆ, ਕਿਉਂਕਿ ਜਿਹੜਾ ਆਪਣੀ ਇੰਸ਼ੋਰੈਂਸ ਖਤਮ ਹੋਈ ਪਈ ਸੀ ਗੱਡੀ ਦੀ, ਸੋ ਇੰਸ਼ੋਰੈਂਸ ਕਰਵਾਈ ਸੀਗੀ ਉਹ ਨਾ ਪ੍ਰਿੰਟ ਫੜਨਾ ਸੀਗਾ, ਤਾਂ ਕਰਕੇ ਵੈਸੇ ਨਿਕਲਣਾ ਆਪਾਂ 8 ਵਜੇ ਨੂੰ ਸੀਗਾ, ਅਤੇ ਜਿਹੜੇ ਟਾਈਮ ਹੋ ਚੁੱਕਿਆ ਗਾ 7:30 ਹੋ ਗਏ ਹੈਗੇ। ਅਤੇ ਚਲੋ ਚੱਲੀਏ ਦਵਾ ਦਵ ਨਹਾ ਧੋ ਕੇ ਤਿਆਰ ਹੋ ਗਏ ਅਤੇ ਨਿਕਲ ਗਏ। ਲਓ ਵੀ ਕਰਦੇ ਕਰਾਉਂਦੇ ਨੂੰ ਸਾਨੂੰ ਹੋ ਚੁੱਕੇ 8:30, ਅਤੇ ਤੁਹਾਡਾ ਭਾਈ ਫਿਰ ਰੈਡੀ ਸ਼ੈਡੀ ਹੋ ਕੇ ਖੜ ਗਿਆ ਗਾ ਐਨ ਜਮਾਂ। ਅਤੇ ਇੱਧਰ ਮੰਮੀ ਪਾ ਰਹੀ ਹੈਗੀ ਸਬਜ਼ੀ ਆਪਣੇ ਦਵਿੰਦਰ ਕਹਿ ਵਾਸਤੇ, ਕਿਉਂਕਿ ਆਪਾਂ ਸਬਜ਼ੀ ਵਾਲੇ ਹੁੰਦੇ ਹਾਂ ਜਨਾਬ, ਆਪਾਂ ਰਿਸ਼ਤੇਦਾਰੀ ਦੇ ਵਿੱਚ ਸੇਬ ਕੇਲੇ ਅਤੇ ਸੰਤਰੇ ਨਹੀਂ ਲੈ ਕੇ ਜਾਂਦੇ, ਅਸੀਂ ਰਿਸ਼ਤੇਦਾਰੀ ਵਿੱਚ ਪਾਲਕ, ਮੇਥੇ, ਧਨੀਆ ਅਤੇ ਮੂਲੀਆਂ ਲੈ ਕੇ ਜਾਂਦੇ ਹਾਂ ਕਿ ਨਹੀਂ ਬਈ। ਅਤੇ ਬਸ ਛੋਟੀ ਮਾਤਾ ਰਹਿ ਗਈ ਹੈਗੀ, ਉਹ ਵੀ ਰੈਡੀ ਆ, ਗੱਡੀ ਵੀ ਆਪਣੀ ਰੈਡੀ ਆ, ਤੇਲ ਤੂਲ ਪਵਾ ਕੇ ਕੱਲ੍ਹ ਦਾ ਖਲਿਆਰਿਆ ਖੜਾਈ, ਹੁਣ ਸਿੱਧੀ ਮਾਰਨੀ ਸੈਲਫ ਅਤੇ ਰਾਹ 'ਚ ਬਸ ਫਰੂਟ ਤਾਂ ਕੀ ਕਰਨੇ ਹੈਗੇ, ਕਿਉਂਕਿ ਆਪਾਂ ਤੁਹਾਨੂੰ ਪਤਾ ਸਬਜ਼ੀ ਵਾਲੇ ਹੁੰਦੇ ਹੈਗੇ। ਅਤੇ ਬਸ ਨਿਕਲ ਜਾਣਾ ਗਾ, ਇੱਕ ਇਕੱਲਾ ਸ਼ੂ ਸ਼ਾਈਨਰ ਫੜਨਾ ਗਾ, ਕਿਉਂਕਿ ਉਹ ਮੁੱਕਿਆ ਪਿਆ ਗਾ, ਉਹ ਰਾਹ 'ਚੋਂ ਜਾਂਦੇ ਆਪਣੇ ਗੋਨਿਆਂ ਨੇ ਫੜ ਲਾਂਗੇ। ਅਤੇ ਛੋਟੀ ਮਾਤਾ ਵੀ ਬਸ ਰੈਡੀ ਹੈ, ਚੱਲ ਚੱਲ ਗਏ ਇੱਧਰ ਕੋ, ਅੱਜ ਨਹੀਂ ਆ ਰਹੇ ਆਉਣਗੇ ਨੇ ਚਾਰੇ ਆਉਣਗੇ ਵਿਹਲੇ ਕੰਮ ਕਾਰ ਆਪਾਂ ਨਿਬੇੜਤਾ, ਪੱਠੇ ਪੁੱਠੇ ਪਾ ਕੇ ਪਸ਼ੂ ਪਸ਼ੂ ਬੰਨ ਕੇ ਥਾਂ ਤੂੰ ਧੋ ਕੇ ਸਾਰਾ ਕੰਮ ਨਿਬੇੜਤਾ, ਚੱਲ ਗਏ ਕਿੰਨਾ ਟਾਈਮ ਲੱਗੂ ਹੁਣ, ਚਲੋ 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 ਚੱਲ ਗਏ।
ਹੋਰ ਚਲੋ ਫਿਰ ਆਖਰੀ ਵਿਦਾ ਲੈਣੇ ਆਪਾਂ ਆਖਰੀ ਆਖਰੀ ਮੂੰਹ ਮਿਚਣਾ ਵੀ ਨੀ ਚਾਹੀਦਾ ਮੂੰਹ ਹੈ ਸਾਡੇ ਵੱਡੇ ਮਿਚ ਦੇ ਘੱਟ ਹੀ ਆ ਕੀ ਆ ਮਗਰ ਮੂਹਰੇ ਬਹਿ ਜਾ ਫੇਰ ਮਗਰ ਰੱਖ ਲਈ ਆਪਾਂ ਉਹਦੇ ਬੂਟ ਬੂਟ ਵੀ ਸਾਰਾ ਕੁਛ ਰੈਡੀ ਆ ਉਹ ਮੂਹਰ ਦੀ ਰੱਖ ਦੀ ਮਗਰਲੇ ਪਾਸੇ ਥਾਂ ਤਾਂ ਹੁਣ ਹੈ ਨੀ ਹਜੇ ਕਹਿੰਦੇ ਦੋ ਟੋਕਰੇ ਲੈ ਕੇ ਆਉਣੇ ਉੱਤੋਂ ਤੇ ਵੱਡਾ ਬੈਗ ਆ ਜਿਹੜਾ ਏਅਰਪੋਰਟ ਵਾਲਾ ਹੁੰਦਾ ਦਵਿੰਦਰ ਦਾ ਮੈਨੂੰ ਲੱਗਦਾ ਛੋਟਾ ਹਾਥੀ ਨਾ ਕਰਾਉਣਾ ਪਵੇ ਨਾਲ ਲੈ ਅੱਛਾ ਮਾੜੀ ਮੋਟੀ ਨਿਕਲੀ ਜਾਂਦੀ ਆ ਕਦੇ ਕਤਾਈ ਮਾੜੀ ਮੋਟੀ ਨਿਕਲ ਜਾਂਦੀ ਆ ਕੱਟਦੇ ਕੁੱਟਦੇ ਅਸੀਂ ਘੱਟ ਹੀ ਹੁੰਦੇ ਹੈਗੇ ਕੱਟਣ ਵਾਲਾ ਪ੍ਰੋਗਰਾਮ ਨਹੀਂ ਕਰਦੇ ਟੈਂ ਟੈਂ ਇੱਧਰ ਫੋਟੋ ਸ਼ੂਟ ਨਹੀਂ ਫਿਲਹਾਲ ਇਹਨੂੰ ਆਪਾਂ ਵੇਚਣਾ ਨਹੀਂ ਗਾ ਪੰਜ ਸਾਲਾਂ ਦੀ ਪਾਸਿੰਗ ਕਰਾਈ ਵੀ ਆ ਚਲੋ ਓਕੇ ਬਾਏ ਉਧਰ ਮੰਮੀ ਖੜ ਗਈ ਬਾਰ ਦੇ ਵਿੱਚ ਕਹਿੰਦੀ ਮੈਂ ਮੱਥੇ ਲੱਗਣਾ ਨਾ ਫਿਰ ਲੈ ਫਿਰ ਕਹਿੰਦੀ ਤੁਸੀਂ ਵਧੀਆ ਪਹੁੰਚ ਜਾਓਗੇ ਛੇਤੀ ਛੇਤੀ ਪੁਲਿਸ ਵਾਲਿਆਂ ਨੇ ਵੀ ਨੀ ਰੋਕਣਾ ਕਹਿੰਦੀ ਜੇ ਮੈਂ ਮੱਥੇ ਲੱਗ ਜਾ ਜੇ ਮੈਂ ਨਾ ਮੱਥੇ ਲੱਗਾਂ ਫੇਰ ਹੀ ਰੋਕਦੇ ਆ ਤੇ ਲਓ ਬਈ ਉਹਨੇ ਟੈਨਸ਼ਨ ਪੁਲਿਸ ਪਾਲਸ ਵਾਲਿਆਂ ਦੀ ਆਪਾਂ ਨੂੰ ਹੁਣ ਜਿਹੜੀ ਉਹ ਇੰਸ਼ੋਰੈਂਸ ਰਹਿੰਦੀ ਸੀ ਉਹ ਕਰਵਾ ਲਈ ਹੈਗੀ ਬਾਕੀ ਸਾਰਾ ਕੁਝ ਲਾਇਸੈਂਸ ਹੈਗਾ ਗਾ ਪ੍ਰਦੂਸ਼ਣ ਹੈਗਾ ਗਾ ਵੈਲਿਡ ਆ ਗੱਡੀ ਆਪਣੀ ਤੇ ਬਾਕੀ ਚਲੋ ਬਈ ਚੱਲਦੇ ਹਾਂਗੇ ਹੁਣ ਪਰਮਾਤਮਾ ਸੁੱਖ ਰੱਖੇ ਰਾਜੀ ਖੁਸ਼ੀ ਚੱਲਿਆ ਤੇ ਰਾਜੀ ਖੁਸ਼ੀ ਅੱਗੇ ਟਾਈਮ ਤਾਂ ਸਾਨੂੰ ਵੈਸੇ ਅਸੀਂ ਅੱਧਾ ਘੰਟਾ ਲੇਟ ਹੋ ਗਿਆ 8 ਵਜੇ ਤੁਰਨਾ ਸੀਗਾ 8:30 ਹੋ ਗਿਆ ਪਰ ਚਲੋ ਕੋਈ ਗੱਲ ਨਹੀਂ ਕੰਮ ਕਾਰ ਕਰਦਿਆਂ ਕਰਾਉਂਦਿਆਂ ਨੂੰ ਟਾਈਮ ਹੋ ਹੀ ਜਾਣਾ ਹਜੇ ਰਾਜੂ ਵਰਗਾ ਨਾਲ ਤਾਂ ਉਹ ਤਾਂ ਤਿਆਰ ਵੀ ਨਹੀਂ ਹੋਏ ਹੋਣੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਪਹੁੰਚ ਜਾਾਂਗੇ ਉੱਥੇ ਕਿੰਨੀਆਂ ਟੀ ਕਿਉਂਕਿ 10:15 ਵਜੇ ਤੁਰਨਾ ਘੰਟੇ 'ਚ ਆਪਾਂ ਪਹੁੰਚ ਜਾਣਾ ਗਾ ਕਿਉਂਕਿ ਸਵੇਰੇ ਸਵੇਰੇ ਇੰਨੀ ਨਾ ਟ੍ਰੈਫਿਕ ਵੀ ਨਹੀਂ ਹੁੰਦੀ ਗੀ ਤੇ ਬਾਕੀ ਅੱਜ ਰਹਿੰਦਾ ਹੁੰਦਾ ਹੈਗਾ ਸੰਡੇ ਤੇ ਸੰਡੇ 'ਚ ਥੋੜ੍ਹਾ ਜਿਹਾ ਉਹ ਵੀ ਟ੍ਰੈਫਿਕ ਦਾ ਜਿਹੜਾ ਗੇੜੇ ਛੇੜਾ ਹੁੰਦਾ ਗਾ ਘੱਟ ਹੀ ਹੁੰਦਾ ਗਾ ਤੇ ਬਸ ਆਪਾਂ ਹੁਣ ਨਾ 2 ਮਿੰਟ ਮੰਡੀ ਰੁਕਣਾ ਗਾ ਵੇਖ ਲਾਂਗੇ ਇੱਥੋਂ ਹੀ ਕੁਛ ਨਾ ਕੁਛ ਫਰੂਟ ਵਗੈਰਾ ਲੈਣਾ ਹੋਇਆ ਤਾਂ ਮੰਡੀ ਤੋਂ ਲੈਣਾ ਹੋਇਆ ਮੰਡੀ ਤੋਂ ਲੈ ਲਾਂਗੇ ਤੇ 1 ਲੈਣਾ ਆਪਣਾ ਸ਼ੂ ਸ਼ਾਈਨਰ ਉਹ ਮੁੱਕ ਗਿਆ ਗਾ ਤੇ ਸ਼ੂ ਮੈਂ ਪਾਏ ਹੈਗੇ ਦੂਜੇ ਕਾਫੀ ਟਾਈਮ ਬਾਅਦ ਪਾਏ ਹੈਗੇ ਬੈਲੀ ਪਾਈ ਸੀਗੀ ਇਹ ਪਏ ਸੀਗੇ ਇਹਨਾਂ ਦੇ ਨਾਲ ਥੋੜ੍ਹੀ ਜਿਹੀ ਉਹ ਆ ਗਈ ਸੀ ਹੋਰ ਹੀ ਚਿੱਟੇ ਚਿੱਟੇ ਜਿਹੇ ਹੋ ਗਏ ਸੀਗੇ ਤਾਂ ਕਰਕੇ 1 ਵਾਰੀ ਡੰਗਾ ਲਾ ਲਿਆ ਮੈਂ ਕਿਹਾ ਚਲੋ ਨਵਾਂ ਲੈ ਜਾਂਦੇ ਜਾਂਦੇ ਲੈ ਜਾਂਗੇ 1.5 ਸਾਲ ਲੋੜ ਨਹੀਂ ਪੈਂਦੀ 1 ਵਾਰੀ ਲਿਆਵੇ ਕਿਉਂਕਿ ਆਪਾਂ ਬੈਲੀ ਬੂਲੀਆਂ ਨੇ ਇਹ ਚੀਜ਼ਾਂ ਬਹੁਤ ਘੱਟ ਪਾਈ ਦੀਆਂ ਹੈਗੀਆਂ ਜ਼ਿਆਦਾ ਆਪਾਂ ਪਾਈਦੇ ਆ ਸਪੋਰਟਸ ਸ਼ੂਜ਼ ਸੋ ਉਹਦੇ ਕਰਕੇ ਤੇ ਚਲੋ ਲੱਗੇ ਫਿਰ ਸ਼ੂ ਸ਼ਾਈਨਰ ਤੇ ਨਿਕਲ ਗਏ ਦਵਾ ਦਵਾ ਲਓ ਵੀ ਕਰਦੇ ਕਰਾਉਂਦੇ ਆਪਾਂ ਪਹੁੰਚ ਗਏ ਹਾਂਗੇ ਗਿੱਲ ਪੱਤੀ ਕੀ ਨਾ ਸੋਰੀ ਆ ਜਾਂਦਾ ਆਂਟੀ ਇੱਧਰ ਨੂੰ ਰਿਫਾਈਨਰੀ ਰੋਡ ਬਾਹਰੇ ਬਾਹਰ ਦੀ ਤਲਵੰਡੀ ਹੁਣ ਨਿਕਲਣਾ ਹੋਵੇ ਆਪਾਂ ਪਹੁੰਚ ਗਏ ਵੀ ਤਲਵੰਡੀ ਸਾਬੋ ਤੇ ਆਪਾਂ ਆਉਣ ਲੱਗੇ ਕੱਲ੍ਹ ਨਾ ਮੱਥਾ ਜ਼ਰੂਰ ਟੇਕ ਕੇ ਜਾਵਾਂਗੇ ਦਰਬਾਰ ਸਾਹਿਬ ਇੱਥੇ ਹੈ ਨਾ ਇਹ ਵੀ ਆਪਣਾ ਤਾਕਤ ਹੈਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਕੱਲ੍ਹ ਨੂੰ ਮੁੜਦੇ ਹੋਏ ਨਾ ਟਾਈਮ ਨਾਲ ਹੀ ਕਿਉਂਕਿ ਆਪਾਂ ਕੱਲ੍ਹ ਨੂੰ ਉੱਧਰੋਂ ਆਵਾਂਗੇ 12 ਵਜੇ ਤੋਂ ਪਹਿਲਾਂ ਕਹਿੰਦੇ ਵੀ ਉਹ ਭੇਜਣਾ ਗਾ ਵਿਦਾ ਕਰਨਾ ਗਾ ਸੋ ਉਹਦੇ ਕਰਕੇ ਫਿਰ ਆਪਾਂ ਆਉਣ ਲੱਗੇ ਵਧੀਆ ਪਿਆਰ ਨਾਲ ਆਪਦਾ ਮੱਥਾ ਟੇਕ ਕੇ ਚੱਲਾਂਗੇ ਨਾਲੇ ਸੋਨੂੰ ਕਰਾਵਾਂਗੇ ਦਰਸ਼ਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲਓ ਵੀ ਕਹਿੰਦੇ ਪੰਜਾਬ ਦੀ ਹੱਦ ਖਤਮ ਹੋ ਗਈ ਤੇ ਵੈਲਕਮ ਇੰਟੂ ਹਰਿਆਣਾ ਹਰਿਆਣਾ ਆਪਕਾ ਸਵਾਗਤ ਕਰਤਾ ਹੈ 1 ਵਾਰੀ ਨਾ ਆਂਟੀ ਮੈਂ ਦਵਿੰਦਰ ਨੂੰ ਛੇੜਨ ਦੇ ਮਾਰੇ ਨੇ ਦਵਿੰਦਰ ਮੈਨੂੰ ਕਹਿੰਦੀ ਨਾ ਆਪਾਂ ਰੀਲਾਂ ਬਣਾ ਕੇ ਇੱਥੇ ਤੇ ਮੈਂ ਆਹ ਹਵੇਲੀ ਨੂੰ ਕਹਿਤਾ ਮੈਂ ਕਿਹਾ ਇਹ ਕਿਹੜੀ ਹਵੇਲੀ ਆ ਫਲਾਨਾ ਧਮਕਾਨਾ ਮਾੜਾ ਹੈਗਾ ਕੋਈ ਡਿਨਰ ਲੰਚ ਕਰੀ ਜਾਂਦੇ ਆ ਤੇ ਮੈਨੂੰ ਕਮੈਂਟ ਆਇਆ ਫਿਰ ਕਿਸੇ ਦਾ ਕਹਿੰਦੇ ਨਾ ਨਾ ਬਾਈ ਸਾਡੀ ਤਾਂ ਹਵੇਲੀ ਬਾਹਲੀ ਘੈਂਟ ਆ ਇਹਨੂੰ ਮਾੜਾ ਨਾ ਕਿਹਾ ਕਰੋ ਉਦੋਂ ਮੈਂ ਦਵਿੰਦਰ ਨੂੰ ਟਾਲਦਾ ਸੀਗਾ ਵੀ ਕਿਤੇ ਮੈਨੂੰ ਖਲਿਆਰ ਨਾ ਲਵੇ ਰੀਲਾਂ ਬਣਾਉਣ ਵਾਸਤੇ ਗੱਲ ਨੂੰ ਸਮਝਿਆ ਕਰੋ ਤੁਸੀਂ ਹਾਂ ਜਦੋਂ ਇੱਧਰ ਦੀ ਰਸਤਾ ਬੰਦ ਹੈ ਇੱਥੇ ਲਿਖ ਕੇ ਲਾਇਆ ਪਿਆ ਬੋਰਡ ਇੱਧਰ ਬੰਦ ਹੋ ਤਾਂ ਕੋਈ ਨਹੀਂ ਇਹ ਤੁਸੀਂ ਸਮਝ ਲਿਆ ਕਰੋ ਕਈ ਵਾਰੀ ਜੋ ਬੁੜੀ ਨਾਲ ਹੋਵੇ ਨਾ ਇਹੋ ਜਿਹੀ ਗੱਲਬਾਤ ਕਿਉਂਕਿ ਉਸ
ਮਤਲਬ ਵੀ ਐ ਹੋ ਜਾਂਦਾ ਵੀ ਆਪਾਂ ਟਾਲ ਰਹੇ ਆ ਵੀ ਇਧਰ ਨੂੰ ਨਾ ਮੂੰਹ ਜਾਵੇ ਦਵਿੰਦਰ ਦਾ ਜਾਂ ਕਿਸੇ ਦਾ ਵੀ। ਹਾਂ ਉਹ ਇੱਥੇ ਬੰਦ ਕਰੇ ਪਏ ਆ, ਇੱਥੇ ਵੀ ਬੈਰੀਕੇਡ ਠੋਕੇ ਪਏ ਆ। ਕੀ ਯਾਰ ਕੀ ਲੋਕਾਂ ਦਾ, ਮੈਨੂੰ ਇਹਨਾਂ ਦੇ ਦਿਮਾਗ ਹਿੱਲੇ ਪਏ ਆ ਸਰਕਾਰ ਦੇ ਲੱਗਦਾ। ਲੈ ਦੇਖ ਲੋ ਵੈਲਕਮ ਕਰਤਾ ਇਹਨਾਂ ਨੇ ਪਾ ਹਰਿਆਣੇ ਦੇ ਵਿੱਚ ਆਪਣਾ ਹੁਣੇ। ਚਲੋ ਗੱਡੀ ਮੋੜ ਕੇ ਪਏ, ਮਗਰ ਵੀ ਲਾਇਆ ਪਿਆ ਬੋਰਡ ਤਾਂ ਵੀ ਬਈ ਇੱਥੋਂ ਗੱਡੀ ਮੋੜ ਦੋ। ਫਿਰ ਹੁਣ ਕਿੱਧਰ ਨੂੰ ਜਾਣਾ ਹੈਗੇ, ਰਾਹ ਤਾਂ ਬਥੇਰੇ ਆਂਟੀ, ਇੱਧਰ ਦੇ ਪਿੰਡ ਵੇਚਦੇ ਜਾਣਾ ਪਊਗਾ। ਉਹ ਵੇਖੋ ਉੱਧਰ ਲਿਓ, ਉੱਧਰ ਨੂੰ ਮੁੜੀ ਜਾਂਦੇ ਆ ਹਨਾ। ਚਲੋ ਕੋਈ ਗੱਲ ਨੀ, ਇਹਨਾਂ ਦਾ ਰਾਂਝਾ ਰਾਜੀ ਹੋ ਜੇ। ਪਰ ਉਹ ਸੜਕ ਪੱਟੀ, ਹਾਂ ਸੜਕ ਤੋਂ ਹੀ ਪੱਟੀਆਂ ਪਈਆਂ, ਬਹੁਤ ਮਾੜੀ ਗੱਲ ਆ ਯਾਰ। ਸੜਕ ਪੱਟ ਕੇ ਨਾ ਮੂਹਰੇ ਢੇਰ ਲਾ ਕੇ ਉੱਚਾ ਕਰਿਆ ਪਿਆ ਗਾ, ਐ ਥੋੜੀ ਰੁਕ ਜਾਣਗੇ ਲੋਕ। ਫਿਰ ਐ ਜੇ ਜਾਣਾ ਹੀ ਹੋਇਆ ਜਿਨ੍ਹਾਂ ਨੇ, ਉਹ ਐ ਨੀ ਰੁਕਦੇ ਕੁੱਤ ਪਾਓ ਕਰਨ ਨਾਲ। ਮੈਂ ਹੁਣੇ ਹੁਣੇ ਪੁੱਛਿਆ ਬਾਈ, ਕਹਿੰਦਾ ਨਾ ਉਹ ਗੱਡੀ ਜਾਂਦੇ ਉਹਦੇ ਮਗਰ ਲਾ ਲਓ, ਇੱਧਰ ਗਾਂਹ ਜਾ ਕੇ ਪਹੀ ਤੋਂ ਨਾ ਪੋਲ ਹੈਗਾ ਪੁਰਾਣਾ, ਉੱਥੋਂ ਦੀ ਫੇਰ ਤੁਸੀਂ ਚੜ੍ਹ ਜਾਓਗੇ, ਪਹੁੰਚ ਜਾਓਗੇ ਸਰਦੂਲਗੜ੍ਹ। ਵੀ ਜਿਨ੍ਹਾਂ ਨੇ ਜਾਣਾ ਹੋਇਆ ਕਮਲੇ ਉਹ ਉੱਧਰ ਦੀ ਵਾਗ ਜਾਣਗੇ। ਹਾਂ ਉਹ ਲਿਖਿਆ ਸੀਗਾ, ਮੈਂ ਨਾ ਗਿਆ ਸਿੱਧਾ, ਮੈਂ ਕਈ ਵਾਰੀ ਉਹੀ ਨਾ ਲਿਖਿਆ ਲੁਕਿਆ ਹੋਵੇ। ਹਾਂ ਚਲੋ ਕੋਈ ਗੱਲ ਨੀ, ਆਹ ਦੇਖੋ ਆਹ ਵਾਲਾ ਬੋਰਡ ਲਾਇਆ ਪਿਆ ਸੀਗਾ। ਲੈ ਵੀ ਆਪਾਂ ਕਾਰ ਤੇ ਕਰਾਉਂਦੇ, ਪਤਾ ਨੀ ਕਿੱਧਰ ਦੀ ਦੰਦੀ ਵਾਲ ਪਹੁੰਚ ਗਿਆ। ਕਰਿਆ ਦਾ ਕੰਮ ਇੱਥੇ ਵੀ ਸੀਗਾ ਇਹਨਾਂ ਨੇ ਆਪਦੇ ਜਣੇ ਬੰਦ ਪੁਰਾਣੇ ਪੁਲ ਥਾਣੀ, ਪਰ ਲੋਕਾਂ ਨੇ ਭਰ ਭੁਰ ਦਿੱਤਾ ਹੋਣਾ ਇੱਥੋਂ ਵੀ ਆਵਾਜਾਈ ਕਿੱਧਰ। ਹਾਂ ਜਾਂ ਕਿਸੇ ਦੇ ਬਾਹਣਾ ਨਾਲ ਜਾਂ ਇੱਧਰ ਉੱਧਰ ਹਨਾ, ਬਾਹਲੀ ਗੰਦੀਆਂ ਯਾਰ ਸਰਕਾਰਾਂ ਯਾਰ, ਕੀ ਇਹਨਾਂ ਨੂੰ ਬਣਾ ਕੇ ਕਰੂ ਬੰਦਾ। ਇਹਦੇ ਨਾਲ ਤਾਂ ਦੁਬਈ ਜਾਂ ਜਿੱਦਾਂ ਸਾਊਦੀ ਸੂਦੀ ਵਧੀਆ ਗੇ, ਆਪਦੀ ਪ੍ਰਜਾ ਵਾਸਤੇ ਇੰਨਾ ਬੰਦੇ, ਆਪਦੇ ਲੋਕਾਂ ਵਾਸਤੇ ਇੰਨਾ ਕੰਮ ਕਰਦੇ ਹੈਗੇ। ਤੇ ਨਾਲੇ ਉੱਥੇ ਰਾਜਾ ਗਾ, ਇੱਕ ਬੰਦਾ ਹੀ ਆ ਰਾਜਾ ਬਣਦਾ ਗਾ ਆਪਣੇ ਤਾਂ। ਜੇ ਇੱਕਾ ਹੀ ਰਾਜ ਮੈਨੂੰ ਲੱਗਦਾ ਹੋ ਸਕਦਾ ਆਪਣੇ ਹੋ ਜੇ, ਜੇ ਆਪਣੇ ਹੋ ਗਿਆ ਨਾ ਜਮੇ ਖੂੰਜੇ ਲਾ ਦੇਣਗੇ ਲੋਕਾਂ ਨੂੰ ਇਹ ਰਾਜਾ ਸਿਸਟਮ ਰਾਜੇ ਵਾਲਾ। ਦੁਬਈ ਆਂਟੀ ਇੱਕ ਹੀ ਬੰਦਾ, ਇੱਕ ਪਰਿਵਾਰ ਹੀ ਆ ਬਸ, ਉਸੇ ਨੀ ਬਣਨਾ। ਉਹੀ ਤਾਂ ਗੱਲ ਆ, ਜਿਵੇਂ ਦੁਬਈ ਆ ਨਾ ਆਂਟੀ, ਦੁਬਈ ਚ ਰਾਜਾ ਹੈਗਾ ਬਸ, ਉਹਦੇ ਪਰਿਵਾਰ ਦਾ ਬੰਦਾ ਹੀ ਬਣੂਗਾ ਗਾਂ ਦੀ ਗਾਂ ਮੇਨ। ਤੇ ਉਹ ਇੰਨਾ ਲੋਕਾਂ ਦਾ ਸੌ ਕਰਦੇ ਹੈਗੇ ਨਾ, ਵੋਟਾਂ ਵਾਟਾਂ ਵਾਲਾ ਸਿਸਟਮ ਹੀ ਹੈ ਨੀ ਉੱਥੇ। ਇਹ ਆਪਣੇ ਵੀ ਦੇਸ਼ ਚ ਬਈ ਇਹੀ ਕੰਮ ਕਰਨ ਨੂੰ ਫਿਰਦੇ ਹੈਗੇ ਵੀ ਵੋਟਾਂ ਵਾਲਾ ਸਿਸਟਮ ਹੀ ਮੁੱਕ ਜਾਵੇ। ਲਓ ਫਿਰ ਉਸੇ ਥਾਂ ਤੇ ਆ ਗਏ, ਉਹ ਦੇਖੋ ਸਪੈਦਾਂ ਨਾਲ ਨਾਲ ਸੜਕ ਆਉਂਦੀ, ਉਸੇ ਥਾਂ ਤੇ ਜਾ ਕੇ ਨਿਕਲ ਜਾਂਗੇ ਆਪਾਂ। ਮਾਹੌਲ ਕਾਫੀ ਰੰਗਾ ਰੰਗ ਹੋਇਆ ਪਿਆ ਗਾ ਇੱਥੇ, ਪਤਾ ਨੀ ਮੇਲਾ ਕਾਹੇ ਦਾ। ਲੈ ਲਾ ਆਂਟੀ ਤੇਰੀ ਚੀਜ਼। ਹਾਂ ਬਾਬੇ ਰਵਿਦਾਸ ਦਾ ਲੈਣੀ ਕੋਈ ਬਾਲਟੀ ਬੁਲਟੀ, ਬਾਜ਼ਾਰ ਲੱਗੇ ਪਏ ਆ। ਲਓ ਵੀ ਡੇਗਦੇ ਢਾਈਂਦੇ ਫਾਈਨਲੀ ਅਸੀਂ 11 ਵਜੇ ਨੂੰ ਪਹੁੰਚ ਗਏ ਆਂਗੇ। ਇੰਨੀ ਖੱਜਲ ਖਵਾਰੀ ਹੋਈ ਹੈ ਨਾ ਇਹਦੇ ਕਰਕੇ ਆਪਣੇ ਕਰਕੇ ਹੀ, ਉਹ ਤਾਂ ਰੈਡੀ ਹੋਏ ਬੈਠੇ ਬਾਪੂ ਵਰਗੇ ਦਾ ਜਾਣ ਦੇ ਵਾਸਤੇ ਸਾਰੇ ਜਣੇ ਬਾਹਰ ਜੀ। ਲਓ ਵੀ ਤੁਸੀਂ ਸਾਰੇ ਜਣੇ ਕਹਿੰਦੇ ਦਵਿੰਦਰ ਕਦੋਂ ਆਊਗੀ, ਦਵਿੰਦਰ ਕਦੋਂ ਆਊਗੀ, ਮਿਲ ਲਓ ਦਵਿੰਦਰ ਨੂੰ। ਸਾਰੇ ਜਣੇ ਕਹਿੰਦੇ ਕਿੱਦਣ ਆਊ ਦਵਿੰਦਰ, ਦਵਿੰਦਰ ਤਾਂ ਪੈਕਿੰਗ ਕਰੀ ਬੈਠੀ ਹੈ ਮੈਨੂੰ ਲੱਗਦਾ, ਇਹ ਕਹਿੰਦੀ ਜਾਣਾ ਹੀ ਆ ਦਵਾ ਦਵਾ। ਮੈਂ ਕੀ ਮੈਂ ਤੇ ਸਾਰੀ ਪੈਕਿੰਗ ਕਰ ਲਈ, ਮੈਂ ਕਿਹਾ ਕੁਝ ਭੁੱਲਣਾ ਜਾਵਾਂ, ਫਿਰ ਮੈਂ ਉਧਰੋਂ ਆਉਂਦੀ ਬਹੁਤ ਕੁਝ ਭੁੱਲੇ ਆਈ ਸੀ ਪਹਿਲਾਂ। ਚੱਲ ਕੋਈ ਨਹੀਂ ਆ ਗਏ, ਦਵਿੰਦਰ ਗੱਪ ਮਾਰੀ ਗਈ ਕਿ ਪੂਆ ਵਰਗੇ ਆ ਗਏ, ਪੂਆ ਵਰਗੇ ਅਜੇ ਹੋਣਾ ਹੈ ਅਜੇ। ਹੈਂ ਮੰਮੀ ਆਉਂਦੀ ਸਮਾਨ ਚੱਕੀ, ਛਾਬਾ ਦਵਿੰਦਰ ਨੇ ਮੰਗਾਇਆ ਸੀਗਾ, ਛਾਬਾ ਛਾਬਾ ਆ ਗਿਆ। ਹਾਂਜੀ ਹਾਂਜੀ ਇੱਕ ਝੋਲਾ ਹੋਰ ਕੱਢਣ ਵਾਲਾ। ਲਓ ਵੀ ਹੁਣ ਆਪਾਂ ਨਿਕਲ ਪਏ ਆਂ ਘਰੋਂ, ਤੇ ਦਵਿੰਦਰ ਨੂੰ ਸਾਰੇ ਜਣੇ ਫਾਈਨਲੀ ਤੁਸੀਂ ਮਿਲ ਹੀ ਲਿਆਗਾ, ਜਿਹੜੇ ਜਿਹੜੇ ਕਹਿੰਦੇ ਦਵਿੰਦਰ ਨੇ ਕਿੱਦਣ ਆਉਣਾਗਾ। ਕੱਲ ਨੂੰ ਆਪਾਂ ਪਿੰਡ ਚੱਲ ਜਾਣਾ ਤੇ ਹੁਣ ਆਪਾਂ ਤੁਰ ਪਏ ਲੇਟ, ਆਪਾਂ ਵਾਵਾ ਹੋ ਗਏ। ਹਾਂ 11 ਕੁ ਵਜੇ ਨੂੰ 10:15 ਸੱਚ, ਦਵਿੰਦਰ ਦਾ ਕੱਲ ਮੈਨੂੰ ਐਂ ਕਹਿੰਦੀ ਵੀ 10:15 ਤੁਰਨਾ, ਪਰ ਕਰਦਿਆਂ ਨੂੰ ਸਾਨੂੰ 12:15 ਤੋਂ ਉੱਤੇ ਟਾਈਮ ਹੋ ਗਿਆ। ਬਈ ਠੀਕ ਵੀ ਆ, ਟਾਈਮ ਨਾਲ ਵੀ ਨਹੀਂ ਜਾਣਾ ਚਾਹੀਦਾ ਬਾਲੀ ਸੰਦੇ ਆ, ਫਿਰ ਔਖਾ ਹੋ ਜਾਂਦਾ ਗਾਂਹ ਵਾਲਿਆਂ ਨੂੰ ਵੀ। ਸੋ 1:30 ਵਜੇ ਜਾਵੇ, 3-4 ਵਜੇ ਤੈਨੂੰ ਵਾਪਸੀ, ਤੇ ਬਾਕੀ ਚੱਲਦੇ ਆ ਫਿਰ, ਚੱਲ ਕੇ ਮਿਲਦੇ ਆ, ਘੰਟੇ ਕੁ ਦਾ ਰਾਹ ਗਾ।
ਹੈ ਅਜੇ ਵੀ ਸੁੱਤਾ ਪਿਆ ਮੈਂ ਕਿਹਾ ਅੱਜ ਤਾਂ ਦਾਦਕੇ ਆਦੇ ਅੱਜ ਤੱਕ ਖੋਲ ਲਾ ਜਵਾਕਾਂ ਨੂੰ ਕਿਹੜਾ ਪਤਾ ਹੁੰਦਾ ਫਿਰ ਉਹਨੂੰ ਕਿਹੜਾ ਕੋਈ ਸਮਝਾ ਚਾਹ ਪਾਣੀ ਦਾ ਪ੍ਰਬੰਧ ਇੱਥੇ ਕਰਤਾ ਕਹਿੰਦੇ ਰਾਹ ਚ ਇੱਥੇ ਪੀ ਲੋ ਹੈ ਹੋਰ ਕੀ ਆ ਵਿਆਹ ਹੈਗਾ ਵਿਆਹ ਹਜੇ ਆਈ ਨੀ ਕਿ ਆ ਗਈ ਆ ਗਈ ਜਾਨਾ ਬਾਬੇ ਰਵਿਦਾਸ ਦਾ ਜਨਮ ਦਿਨ ਉਹ ਜਨਮ ਦਿਨ ਕਹੀ ਨਾ ਸੋਰੀ ਨਗਰ ਕੀਰਤਨ ਆਉਣਾ ਦੇਖ ਲੋ ਦੇਖ ਲੋ ਮੱਥਾ ਰਾਜੂ ਕਹਿੰਦਾ ਸਰਦੂਲਗੜ੍ਹ ਵੱਟ ਕੱਢ ਦਿੰਦੇ ਟੋਕਰੀ ਬਣਾਉਣ ਵਾਲੇ ਮੈਂ ਵੱਟ ਤਾਂ ਆਪਾਂ ਹੀ ਕਢਾਉਣੇ ਜਿੰਨੇ ਮਰਜ਼ੀ ਕਢਾ ਲਾ ਕਿ ਨਹੀਂ ਆ ਮੁੰਡੇ ਦਾ ਕਹਿੰਦੇ ਅੱਜ ਹੈਪੀ ਬਰਥਡੇ ਆ ਪਾਰਟੀ ਫਿਰ ਉੱਥੇ ਕਰਨੀ ਆ ਪੰਜੀਰੀ ਵਾਲੀ ਦੀ ਅੱਛਾ ਆਹ ਸਮਾਂ ਜੀ ਠੀਕ ਆ ਯਾਰ ਡਰੈਗਨ ਜੇ ਵਧੀਆ ਰਹਿੰਦੇ ਆ ਡਰੈਗਨ ਦਾ ਪੀਸ ਕਿੰਨੇ ਦਾ 100 ਰੁਪਏ ਦਾ ਇੱਕ ਪੀਸ ਠੀਕ ਆ ਤੇ ਕਿੰਨੂ ਜੇ ਆ ਗਈ ਰੇਟ ਸੰਤਰੇ ਉਹ 2 ਕਿਲੋ ਆ ਗਏ ਤੇ ਉਹ 1 ਪੀਸ ਹੀ ਆਇਆ ਫੇਰ ਹੀ ਵੱਟ ਨਿਕਲਦੇ ਆ ਲਓ ਵੀ ਫਾਈਨਲੀ ਆਪਾਂ ਪਹੁੰਚ ਗਏ ਆਗੇ ਤੇ ਰਾਜੂ ਦੇ ਸਹੁਰੇ ਆਉਂਦੇ ਆਉਂਦੇ ਤਾਂ ਅਸੀਂ ਬੁੜੇ ਹੋ ਗਏ ਧੜਕੇ ਦੇ ਲੱਗੇ ਕੜਾਚ 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 ਕਰਨ ਮੂਹਰੇ ਮੂਹਰੇ ਚੱਲ ਲੈਣ ਗਾ ਮਗਰੇ ਮਗਰੇ ਅਸੀਂ ਆ ਜਾਵਾਂਗੇ ਰੇਲ ਗੱਡੀ ਨੂੰ ਇੱਕ ਮਾਮੀ ਹੁਣ ਆਉਂਦੀ ਹੈ ਪਿੱਛੇ ਰਹਿ ਗਈ ਸੀ ਅੱਜ ਤਾਂ ਬਾਹਲਾ ਲਿੱਸਾ ਲੱਗੀ ਜਾਂਦਾ ਹਨਾ ਲੱਸੀ ਹੈ ਨਾ ਉਹ ਫੋਟੋ ਵਾਲੇ ਬਾਹਲਾ ਬੜਾ ਲੱਗਦਾ ਹੁਣ ਦਾਦੀ ਦੀ ਵਾਰੀ ਆਈ ਮਸਾਂ ਹੀ ਅਸੀਂ ਤਾਂ ਪਹਿਲਾਂ ਵੀ ਮਿਲ ਗਏ ਸੀਗੇ ਦਾਦੀ ਅੱਜ ਹੀ ਮਿਲਣ ਲੱਗੀ ਆ ਹਿਸਾਬ ਨੀ ਤੈਨੂੰ ਜਵਾਕ ਜਵਾਕ ਚੱਕਣ ਦਾ ਹਿਸਾਬ ਨੀ ਗਾ ਇਹਦਾ ਸਿਰ ਕਿੱਦਾਂ ਕਿਵੇਂ ਹੋ ਜਾ ਕੈਪਸੂਲ ਵਰਗਾ ਓਏ ਲਿਪਸਟਿਕ ਲਾ ਲਈ ਭੂਆ ਜੀ ਲਿਪਸਟਿਕ ਲਾ ਲਈ ਇਹ ਹੁਣ ਸਾਰੇ ਦੱਸ ਵੀ ਰਹੇ ਨਾ ਵੀ ਫਲਾਨਾ ਕਿਹੜੀ ਦਾ ਧਮਕਾਨਾ ਕਿਹੜੀ ਦਾ ਆਹ ਸੂਟ ਕੀ ਦਾ ਆਹ ਸੂਟ ਕੀ ਦਾ ਸਾਰੀ ਇਨਫੋਰਮੇਸ਼ਨ ਦੱਸੀ ਜਾਊ ਫਿਰ ਉਹ ਵੀ ਨਾਲ ਦੀ ਨਾਲ ਬੁੜੀਆਂ ਚੱਕ ਲੈਣਗੀਆਂ ਵੀ ਆਹ ਮੇਰਾ ਨਹੀਂ ਆਹ ਮੈਨੂੰ ਦੇ ਆਹ ਮੈਨੂੰ ਦੇ ਇਹ ਤਾਂ ਦੱਸ ਦਿੰਦੇ ਵੀ ਉਲਝ ਨਾ ਜਾਵੇ
ਹੁਣ ਤਾਂ ਚੱਕ ਲੈਣੇ ਨਾਲ ਦੀ ਨਾਲ ਯਾਰ ਮੇਰਾ ਮੈਨੂੰ ਤਾਂ ਹੁਣੇ ਦੇ ਹੀ ਦੇ ਮੈਂ ਤਾਂ ਬਸ ਸਮਾ ਹੀ ਲੈਣਾ ਗਾ ਹੈ ਲਿਆ ਦੇਖ ਲੈਂਦੇ ਹਾਂ ਆ ਤਾਂ ਮੈਂ ਤੜਾਕ ਲਈ ਤੜਾਕ ਲਿਆਈ ਚਾਂਦੀ ਨਹੀਂ ਇਹ ਤੜਾਕ ਹੁਣ ਬੰਨੀ ਐਡਾ ਕਿ ਲੱਕ ਹੀ ਆ ਉਹਦਾ ਨਹੀਂ ਨਹੀਂ ਲੱਕ ਨਹੀਂ ਐਡਾ ਕਿ ਤਾਂ ਵੈਸੇ ਕਰਾ ਕੇ ਲਿਆਂਦੀ ਆ ਵੀ ਇਹ ਤਾਂ ਫਿਰ ਬਾਅਦ ਚ ਪਾ ਲੈਣਗੇ ਮੈਂ ਕਰਾ ਕੇ ਲਿਆਂਦੀ ਆ ਆਹ ਆ ਸ਼ਕਲੇ ਕਰਾ ਕੇ ਲਿਆਂਦੀ ਦੋ ਤਰ੍ਹਾਂ ਦੇ ਆ ਪੈਰਾਂ ਵਾਲੇ ਸੇ ਜਿਆਦਾ ਘੁੰਗਰੂ ਪਾਏ ਆ ਹੱਥਾਂ ਵਿੱਚ ਘੱਟ ਅੱਛਾ ਪੈਰਾਂ 'ਚ ਵੀ ਪਾਉਂਦੇ ਹੁੰਦੇ ਆ ਪਹਿਲਾਂ ਤਾਂ ਹੱਥਾਂ 'ਚ ਹੀ ਪਾਉਂਦੇ ਹੁੰਦੇ ਹੁਣੇ ਪੈਰਾਂ 'ਚ ਵੀ ਪਾਉਣ ਲੱਗ ਗਏ ਆ ਮੈਂ ਆਪਦੇ ਵੱਲੋਂ ਕਰਵਾ ਕੇ ਲਿਆਂਦੀ ਅੱਛਾ ਤੇ ਦੂਜੀ ਕਿੱਥੇ ਆ ਦੂਜੀ ਤੜਾਗੀ ਜਿਹੜੀ ਉਹਦੇ ਸਹੀ ਪਾਉਣ ਵਾਲੀ ਆ ਐਡਾ ਕਿ ਲੱਕ ਹੀ ਉਹਦਾ ਨਹੀਂ ਨਹੀਂ ਇਹ ਤਾਂ ਵੈਸੇ ਆ ਇਹ ਤਾਂ ਰੇਸ਼ਮੀ ਧਾਗਾ ਹੈ ਜਦੋਂ ਪਾਉਣ ਵਾਲਾ ਹੋ ਗਿਆ ਨਾ ਵਾਵਾ ਫਿਰ ਇਹਨੂੰ ਹੋਰ ਧਾਗੇ 'ਚ ਬਦਲ ਦਾਂਗੇ ਕਾਲੇ ਮਣਕੇ ਵੀ ਪਾਵਾਂਗੇ ਵਿੱਚ ਦੱਸੋ ਬਈ ਕਮੈਂਟ ਕਰਕੇ ਆ ਪੈਰਾਂ ਵਾਲੇ ਛੱਲੇ ਆ ਅਸਗਲੇ ਆ ਹੱਥਾਂ ਵਾਲੇ ਕਿਹੋ ਜਿਹੇ ਲੱਗਦੇ ਆ ਸੋਹਣੇ ਲੱਗੇ ਹੋਏ ਤਾਂ ਕਮੈਂਟ ਜ਼ਰੂਰ ਕਰਿਓ ਆ ਵੀ ਦੱਸੋ ਕਹਿੰਦੇ ਤੜਾਗੀ ਇਹ ਭੂਆ ਦੀ ਹੁੰਦੀ ਆ ਤੇ ਫਿਰ ਇਸ ਕਰਕੇ ਮੈਂ ਬਣਵਾ ਕੇ ਲਿਆਈ ਆ ਦਵਿੰਦਰ ਲੈ ਕੇ ਆਈਆ ਬਣਵਾ ਕੇ ਮਾੜੇ ਘੁੰਗਰੂ ਤਾਂ ਮੋਟੇ ਪਵਾ ਦੇ ਨੇ ਜੀ ਬਰੀਕ ਜੇ ਪਵਾ ਤੇ ਕਣਕ ਦੇ ਦਾਣੇ ਵਰਗੇ ਵਿਚਾਰੇ ਦੇ ਹੈ ਕੀ ਨਾਮ ਰੱਖਤਾ ਗੁਰਸਾਹਿਬ ਹੈ ਚੱਲ ਉਹ ਵਿਚਾਰਾ ਟਾਇਟ ਹੋਇਆ ਬੈਠਾ ਕਾਕੀ ਖੋਲਦੀ ਆ ਐ ਤਾਂ ਹੁਣ ਕਿਸੇ ਨਾ ਕਿਸੇ ਦਾ ਨਾਮ ਤਾਂ ਹੋਊਗਾ ਜੀ ਕਿੰਨੀ ਜਾਂਦਾ ਸਹੀ ਆ ਲਓ ਵੀ ਹੁਣ ਆਪਾਂ ਚੱਲਦੇ ਆ ਸਾਰੇ ਜਣੇ 3 ਕਿਲੋ ਦਾ ਪਲਟਾਓ ਇਹਦਾ ਫਸ ਪਲਟਾਓ ਹੈ ਵੇਟ 3 ਕਿਲੋ ਬਾਲਾ ਹੀ ਨਿਕਾ ਜਾ ਚੱਲ ਵੀ ਇਹਦਾ ਆਰਾਮ ਫਰਮਾ ਰਿਹਾ ਆਪਾਂ ਚੱਲਦੇ ਆ ਘੁੱਗੂ ਮੁੱਗੂ 4:30 ਹੋ ਗਿਆ ਤੇ ਬਿਜਲੀ ਦਾ ਜਿਹੜਾ ਕੰਮ ਕਾਰ ਆ ਨਵੇੜ ਕੇ ਆਪਾਂ ਚੱਲ ਪਿਆ ਹੁਣ ਪਿੰਡ ਨੂੰ ਪਰ ਸਵਾਰੀਆਂ ਥੋੜੀਆਂ ਬਦਲੀਆਂ ਨਾਨੀ ਤੇ ਇੱਧਰ ਬੀਬੀ ਵੱਡੀ ਇਹ ਆਪਣੇ ਨਾਲ ਹੋ ਗਿਆ ਤੇ ਮਾਤਾ ਉੱਧਰਲੀ ਸਾਈਡ ਹੋ ਗਈ ਮੂਹਰੇ ਉਹ ਰਾਜੂ ਵਰਗਿਆਂ ਨਾਲ ਮੂਹਰੇ ਹੈਪੀ ਵਰਗਿਆਂ ਗੱਡੀ ਆਉਂਦੀ ਆ ਉਹ ਤੋਂ ਮੂਹਰੇ ਰਾਜੂ ਵਰਗੇ ਮਗਰ ਆਪਾਂ ਤੇ ਚੱਲਦੇ ਹਾਂ ਫਿਰ ਘਰੇ ਤੇ ਘਰੇ ਚੱਲ ਕੇ ਹੁਣ ਜਮਾ ਐਨ ਖਮੋਸ਼ੀ ਜੀ ਛਾ ਜੂਗੀ ਕਿਉਂਕਿ ਹਜੇ ਤੱਕ ਤਾਂ ਨੈੱਟ ਚੱਲ ਰਿਹਾ ਹੈਗਾ ਇਹ ਤੋਂ ਬਾਅਦ ਆਪਾਂ ਹਰਿਆਣੇ 'ਚ ਵੜ ਜਾਂਦੇ ਹਰਿਆਣੇ 'ਚ ਨੈੱਟ ਆ ਜਿਹੜਾ ਬਿਲਕੁਲ ਬੰਦ ਕਰਿਆ ਹੋਏਗਾ ਸੋ ਤਾਂ ਕਰਕੇ ਅੱਜ ਵਧੀਆ ਮਾਈਂਡ ਫਰੀ ਰਵਾਂ ਟੈਨਸ਼ਨ ਫਰੀ ਫੋਨ ਨੂੰ ਰੱਖਾਂ ਪਾਸੇ ਗੱਲਾਂ ਬਾਤਾਂ ਕਰਾਂਗੇ ਤੇ ਚੈੱਲ ਕਰਾਂਗੇ ਕਿੰਨੇ ਦਵਿੰਦਰ ਦਵਿੰਦਰ ਦਾ ਦਿਮਾਗ ਬਹੁਤ ਸ਼ਾਂਤ ਹੋਇਆ ਵੀ ਇੰਨੇ ਦਿਨਾਂ ਦਾ ਇਹਨੇ ਤਾਂ ਨੈੱਟ ਚਲਾਇਆ ਹੀ ਨਹੀਂ ਗਾ ਹੈਨਾ ਉਹ ਫਿਰ ਸਰਦੂਲ ਗੜ ਤਾਂ ਰੇਂਜ ਆ ਜਾਂਦੀ ਹੈ ਕਿਵੇਂ ਲੱਗਿਆ ਤੈਨੂੰ ਬਿਨਾਂ ਨੈੱਟ ਤੋਂ ਵਧੀਆ ਲੱਗਿਆ ਦਵਿੰਦਰ ਕਹਿੰਦੀ ਦਵਿੰਦਰ ਆਂਟੀ ਮੈਨੂੰ ਫੋਨ ਤੇ ਕਹੀ ਜਾਂਦੀ ਸੀ ਪਹਿਲਾਂ ਇੱਕ ਦਿਨ ਕਹਿੰਦੀ ਨਾ ਕਹਿੰਦੀ ਊਂ ਤਾਂ ਮੈਂ ਹੋਰ ਲਾ ਲੈਂਦੀ 5-7 ਦਿਨ ਪਰ ਹੁਣ ਤਾਂ ਮੈਂ ਆ ਹੀ ਜਾਊਂਗੀ ਕਹਿੰਦੀ ਨੈੱਟ ਦਾ ਬਹੁਤ ਔਖਾ ਹੋਇਆ ਪਿਆਗਾ ਹੁਣ ਤਾਂ ਜਾਣ ਕੇ ਕਹੀ ਜਾਂਦੇ ਵੀ ਹਾਂ ਵਧੀਆ ਨੀਂਦ ਤਾਂ ਬਈ ਰਾਤ ਨੂੰ 9 ਵਜਦੇ ਨੂੰ ਜੇ ਕਹੀ ਮੈਂ ਫੋਨ ਕਰ ਦੇਣਾ ਉਦੋਂ ਨੂੰ ਸੌਂ ਕੇ ਉੱਠ ਖੜਦੀ ਸੀਗੀ ਕਹਿੰਦੀ ਮੈਂ ਤਾਂ ਸੌਂ ਕੇ ਉੱਠੀ ਆ ਹੁਣੇ ਨੀਂਦ ਤਾਂ ਰੱਜ ਰੱਜ ਲਾਈ ਆ 8 ਵਜੇ ਮੈਂ ਪੈ ਜਾਂਦੀ ਅੱਛਾ ਉਦੋਂ ਨੂੰ ਫਿਰ ਮੈਨੂੰ ਜਾਗ ਆ ਜਾਂਦੀ ਲੋ ਵੀ ਖਿੱਚ ਕੇ ਚੱਲ ਗਏ ਹੁਣ ਪਿੰਡ ਥੋੜੀ ਦੂਰੀ ਰਹਿ ਗਿਆ ਆਪਣਾ ਇੱਥੋਂ 30 ਕਿਲੋਮੀਟਰ ਰਹਿ ਗਿਆ 30-40 ਹੁੰਨੇ ਉਦੋਂ ਆਪਾਂ ਨੂੰ ਦੂਰ ਲੱਗਦਾ ਹੈ ਜਦੋਂ ਆਪਾਂ ਇਧਰੋਂ ਜਾਂਦੇ ਹਾਂ ਕਿ ਹੁਣ ਆਪਾਂ ਮਿੰਟੋ ਮਿੰਟੀ ਹਾਂ ਹੁਣ ਨੇੜੇ ਲੱਗਦਾ ਉਹ ਪਤਾ ਨਹੀਂ ਆਪਾਂ ਨੂੰ ਰਸਤਾ ਦਾ ਪਤਾ ਲੱਗ ਜਾਂਦਾ ਹੈ ਤਾਂ ਲੋ ਵੀ ਵਿੱਚ ਆਈ ਜਾਂਦਾ ਵੀਰਪਾਲ ਦਾ ਫੋਨ ਇਹਦੇ ਨਾਲ ਗੱਲ ਕਰਕੇ ਫੇਰ ਕਰਦੇ ਆ ਬਾਕੀ ਦੇ ਬਲੌਗ ਨੂੰ ਕੰਟੀਨਿਊ ਅੱਛਾ ਬਾਈ ਨੇ ਵੇਖੋ ਕਿੱਡਾ ਸੋਹਣਾ ਸ਼ੇਅਰ ਲਿਖਿਆਗਾ ਮਾਰੂ ਨੇ ਸਕੀਮਾਂ ਸਾਥੋਂ ਖੋਣਗੇ ਜ਼ਮੀਨਾਂ ਅਸੀਂ ਹੁਣ ਨਾਲ ਲੜੇ ਤਾਂ ਕਦੋਂ ਲੜਾਂਗੇ ਗੱਲ ਸਹੀ ਆ ਤਾਂ ਕਰਕੇ ਬਈ ਧਰਨੇ ਚੱਲ ਰਹੇ ਆ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਲੋ ਵੀ ਅੱਜ ਹੈਗਾ ਮੁੰਡੇ ਦਾ ਜਨਮ ਦਿਨ ਕਹਿੰਦਾ ਕੇਕ ਕੱਟਣਾ ਮੈਂ ਕੱਟਣਾ ਤਾਂ ਤੂੰ ਹੀ ਅਜੇ ਤਾਂ ਤਾੜੀਆਂ ਮਾਰਨੀਆਂ ਸਾਰਿਆਂ ਨੇ ਚੱਲ ਫਿਰ ਕਹੇ ਰੁਕਣਾ ਰੁਕ ਜਾਗੇ ਰੋਕ ਜਾਂਗੇ ਮਾਰ ਦੋ ਕਲਿੱਪ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਚਲੋ ਕੱਟਤਾ ਕੇਕ ਫਿਰ
ਖਾਲਾ ਖਾਲਾ ਕਰਨਾ ਤਾਂ ਹੀ ਅੱਜ ਉੱਥੇ ਨਹੀਂ ਕੁਝ ਖਾਧਾ ਇਹਨੇ, ਇਹਨੂੰ ਪਤਾ ਸੀ ਘਰੇ ਜਾ ਕੇ ਕੇਕ ਨੂੰ ਖਾਵਾਂਗੇ ਤਾਂ ਹੀ ਉੱਥੇ ਕਹਿੰਦਾ ਸੀ ਮੈਂ ਨਹੀਂ ਖਾਣਾ ਕੁਛ ਵੀ। ਹੈਪੀ ਬਰਥਡੇ ਵਾਲੇ ਮੁੰਡੇ ਤਾਂ ਆਪਦੇ ਕੇਕੜੇ ਪਏ ਆ ਜੀ, ਲੰਘਦੇ ਨੀ ਗਾ ਖਾਲਾ ਦਵਾ ਦਾ, ਇਹ ਤੋਂ ਪਸ਼ੂ ਵੀ ਚੋਣੇ ਆ ਤੂੰ, ਕਿਉਂ ਤੁਸੀਂ ਚੋਇਓ? ਮੈਂ ਤਾਂ ਘਰੇ ਨੀ ਕਦੇ ਚੋਏ, ਇੱਥੇ ਆ ਕੇ ਸਹੁਰੀਆਂ ਆ ਕੇ ਤਾਂ ਕੀ ਚੋਣੇ ਆ, ਆਪਾਂ ਤਾਂ 3 ਵਜੇ ਤੋਂ ਬਾਅਦ ਹੱਥ ਨੀ ਲਾਉਂਦੇ ਕਿਸੇ ਚੀਜ਼ ਨੂੰ। ਚੱਲ ਚੱਕ ਬਾਲਟੀ ਖਾ ਕੇ, ਕੰਮ ਨੂੰ ਹੱਥ ਨੀ ਲਾਉਂਦੇ, ਇਹ ਕੰਮ ਥੋੜੀ ਹੈਗਾ, ਇਹ ਤਾਂ ਇੰਜੋਏਮੈਂਟ ਆ। ਕੇਕ ਸ਼ੇਕ ਕੱਟ ਕੇ ਦੋਨੇ ਨੇ ਚੱਲੀਆਂ ਗੱਡੀਆਂ ਆਪਣੇ ਆਪਣੇ ਘਰ ਨੂੰ, ਮਤਲਬ ਕਿ ਉਧਰਲੇ ਘਰੇ ਆਪਣੇ ਚੱਲਦੇ ਹੈਗੇ। ਤੇ ਵੈਸੇ ਜਿਹੜਾ ਦਿਨ ਰਿਹਾ ਹੈਗਾ ਵਧੀਆ ਰਿਹਾ ਅੱਜ ਦਾ ਦਿਨ, ਪਰ ਥੱਕ ਗਏ। ਥੱਕ ਕਿਉਂ ਗਏ? ਕਿਉਂਕਿ ਬੋਰ ਬਹੁਤ ਜ਼ਿਆਦਾ ਹੋ ਗਏ। ਪਹਿਲਾਂ ਤਾਂ ਆਉਂਦੇ ਆਉਂਦੇ ਉਹ 2-3 ਥਾਵਾਂ ਤੋਂ ਐਂ ਭਕਾਈ ਭਕੂਈ ਜੀ ਕਰਕੇ 11 ਵਜੇ ਦਿਨ ਪਹੁੰਚੇ, ਫਿਰ ਉਹ ਤੋਂ ਬਾਅਦ ਗਾਂਹ ਚੱਲ ਗਏ। ਅੱਜ ਰੈਸਟ ਦਾ ਜਮ੍ਹਾਂ ਟਾਈਮ ਨਹੀਂ ਮਿਲਿਆ ਗਾ ਘਰੇ, ਫਿਰ ਵੀ ਜਿੰਨਾ ਮਰਜ਼ੀ ਕੰਮ ਕਰੀ ਜਾਗੇ ਨਾ ਬੋਰ ਜੇ ਨਹੀਂ ਹੁੰਦੇ ਗੇ, ਸੋ ਬੋਰ ਹੋ ਕੇ ਥਕਾਨ ਹੋ ਗਈ, ਉੱਦਾਂ ਨਹੀਂ ਹੋਏਗੀ। ਬਾਕੀ ਹੁਣ ਚੱਲਦੇ ਹਾਂਗੇ, ਰੋਟੀ ਪਾਣੀ ਪਕਾਉਣੇ ਆ ਤੇ ਦਵਿੰਦਰ ਦਾ ਹੁਣ ਵੇਹਣੇ ਆ ਕਿ ਜਾਣਾ ਕਿ ਨਹੀਂ ਜਾਣਾ ਤੂੰ ਪਿੰਡ ਆਪਣੇ ਹੋਰ ਕਿੱਥੇ ਚੱਲਾਂਗੇ ਹੁਣ ਸਵੇਰੇ। ਅੱਛਾ ਮੈਂ ਕਿਹਾ ਕਿਤੇ ਹਜੇ ਕਹਦੇ ਵੀ ਖੜ ਜੋ, ਅੱਜ 5-4 ਦਿਨ ਲਾ ਲਾਂ ਮੈਂ ਫੇਰ ਲੈ ਜੋ। ਤੇ ਲਓ ਵੀ ਚੱਲ ਗਏ ਹੁਣ ਘਰਾਂ ਨੂੰ, ਲਓ ਵੀ 9:15 ਦਾ ਟਾਈਮ ਹੋ ਚੁੱਕਿਆ ਤੇ ਹੁਣ ਸ਼ਗਨ ਲੱਗੇਗੀ ਰੋਟੀ ਤੇ ਬਾਕੀ ਦਿਨ ਵਧੀਆ ਰਿਹਾ। ਅੱਜ ਦੇ ਵਲੋਗ ਦਾ ਇੱਥੇ ਗੱਲ ਲੱਗੇਗੀ ਐਂਡ, ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖ ਕੇ ਲਾਈਕ ਕੀਤੇ ਉਹਨਾਂ ਬਿਲਕੁਲ ਨਹੀਂ ਜਾਣਾ, ਜਿਹੜੇ ਜਿਹੜੇ ਚੈਨਲ 'ਤੇ ਨਵੇਂ ਜੁੜੇ ਆ ਕਰ ਲਿਓ ਸਬਸਕ੍ਰਾਈਬ, ਸੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਆ ਕਰੋ। ਦੱਬ ਕੇ ਮਿਲਦੇ ਹਾਂ ਕੱਲ੍ਹ ਨੂੰ ਇੱਕ ਹੋਰ ਨਵੇਂ ਜਿਹੇ ਵਲੋਗ ਨਾਲ। ਟਿਲ ਦਿਨ ਬਾਬਾ, ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ। ਖਾਣੀ ਹੈ ਰੋਟੀ? ਨਹੀਂ, ਕਿਉਂ? ਬਾਅਦ ਵਿੱਚ ਖਾਣੀ ਹੈ। ਅੱਛਾ, ਮੈਨੂੰ ਭੁੱਖ ਨਹੀਂ, ਮੈਂ ਕਿਹੜਾ ਕਰਨ ਘਰੇ ਖਾ ਕੇ ਆਈ ਹਾਂ। ਅੱਜ ਫਿਰ ਬ੍ਰੈਡ ਬਰੂਡ ਚੰਬੇ ਨਾ ਚੰਗੇ ਪਕੌੜੇ ਛਕੌੜੇ ਤਾਂ ਕਰਕੇ ਨਹੀਂ ਸਭ ਇੰਨੇ ਖਾਦੇ। ਹਾਂ, ਉਹ ਕਰਨ ਘਰੇ ਆ ਕੇ ਨਹੀਂ ਖਾ ਲਈਆਂ ਬਰਥਡੇ ਵਾਲੇ ਕੇਕ। ਹੂੰ, ਚਲੋ ਆਪਾਂ ਛਕੀਏ ਬਾਈ, ਫਿਰ ਮਿਲਦੇ ਹਾਂ ਸਵੇਰੇ। ਸਵੇਰੇ ਚੱਲਾਂਗੇ ਪਿੰਡ ਤੇ ਲਾਵਾਂਗੇ ਰੌਣਕਾਂ ਸ਼ਾਮ ਨੂੰ ਘਰੇ।